केपीडी न्यूज, हक सच और इंसाफ की आवाज। ਜਲੰਧਰ ਵਿੱਚ ਬੀਤੇ 3 ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਭਗਤ ਸਿੰਘ ਕਲੋਨੀ 'ਚ ਨਹਿਰ ਦੇ ਪਾਣੀ ਦਾ ਲੈਵਲ ਵੱਧ ਜਾਣ ਕਾਰਨ ਪਾਣੀ ਕਲੋਨੀ ਦੇ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਪਹੁੰਚੇ ਵਿਧਾਇਕ ਬਾਬਾ ਹੈਨਰੀ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਣੀ ਦੇ ਓਵਰਫਲੋ ਦੀ ਸਮੱਸਿਆ ਦਾ ਪੱਕਾ ਹੱਲ ਕਰਵਾਉਣਗੇ। ਉਹਨਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਗਏ ਹਨ ਅਤੇ ਜਿੱਥੇ ਜਿੱਥੇ ਵੀ ਪਾਣੀ ਲੀਕ ਹੋ ਕੇ ਬਾਹਰ ਆ ਰਿਹਾ ਸੀ ਉੱਥੇ ਬੰਨ੍ਹ ਬਣਾ ਕੇ ਪਾਣੀ ਨੂੰ ਨਹਿਰ ਤੋਂ ਬਾਹਰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਜਿਹੜਾ ਲਾਸਟ 3 ਦਿਨਾਂ ਦਾ ਹੈਵੀ ਡਾਇਲਿਊਜ ਹੋਇਆ ਹੈਗਾ, ਉਹਦੇ ਕਰਕੇ ਜਿਹੜੀ ਸਾਡੀ ਡਰੇਨ ਹੈਗੀ ਹੈ, ਜਿਹੜੀ ਭਗਤ ਸਿੰਘ ਕਾਲੋਨੀ ਦੇ ਬਿਲਕੁਲ ਨਾਲ ਦੀ ਲੰਘਦੀ ਵਿੱਚ ਦੀ ਲੰਘਦੀ ਹੈਗੀ ਹੈ, ਉਹਦੇ ਵਿੱਚ ਪਾਣੀ ਦਾ ਜਿਹੜਾ ਸਤਰ ਉਹ ਕਾਫੀ ਉੱਚਾ ਹੋ ਗਿਆ। ਅਤੇ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਜਿਹੜੇ ਲੋਕਲ ਰੈਜੀਡੈਂਟਸ ਹੈਗੇ ਹੈ, ਉਸ ਮੇਰੇ ਤੋਂ ਕੌਂਸਲਰ ਸਾਹਿਬ ਦੀ ਮਦਦ ਦੇ ਨਾਲ ਅਤੇ ਕੋਪਰੇਸ਼ਨ ਦੀ ਇਰੀਗੇਸ਼ਨ ਡਿਪਾਰਟਮੈਂਟ ਦੀ ਮਦਦ ਦੇ ਨਾਲ ਇਹਨੂੰ ਉਹਨਾਂ ਨੇ ਕਾਫੀ ਹੱਦ ਤੱਕ ਕੰਟਰੋਲ ਜ਼ਰੂਰ ਕੀਤਾ ਹੈਗਾ। ਪਰ ਅਨਫੋਰਚੁਨੇਟਲੀ ਕਿ ਜਿਹੜਾ ਇੰਨਾ ਜ਼ਿਆਦਾ ਰੇਨਫੋਲ ਹੋਈ ਹੈਗੀ ਹੈ ਅਤੇ ਕਿਤੇ ਕਿਤੇ ਇਹਦੇ ਵਿੱਚ ਜਿਹੜੀ ਰਿਟੇਨਿੰਗ ਵਾਲ ਸੀ ਉਹਦੇ ਵਿੱਚ ਬ੍ਰੇਕ ਆਉਣ ਕਰਕੇ ਪਾਣੀ ਥੋੜ੍ਹਾ ਜਿਹਾ ਬਾਹਰ ਆਇਆ ਹੈਗਾ। ਵੀ ਆਰ ਗੈਟਿੰਗ ਇਟ ਅਨਪਲੋਗ ਐਂਡ ਜਿੱਥੇ ਜਿੱਥੇ ਡਾਫ ਲੱਗੀ ਹੈਗੀ ਹੈ ਉਹਨੂੰ ਕਲੀਅਰ ਕਰਾ ਰਹੇ ਹੈਗੇ ਹੈ। ਸੋ ਸਿਚੁਏਸ਼ਨ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਹੈਗੀ ਹੈ। ਸੋ ਵਿਦਨ ਆਨ ਆਰ ਆਰ ਸੋ ਆਈ ਥਿੰਕ ਸੋ ਇਹ ਲੈਵਲ ਵੀ ਥੱਲੇ ਚਲੇ ਜਾਊਗਾ ਐਂਡ ਜਿਹੜਾ ਓਵਰਆਲ ਜਲੰਧਰ ਦੇ ਵਿੱਚ ਪਾਣੀ ਦਾ ਸਤਰ ਜਿਹੜਾ ਵਧਿਆ ਹੈਗਾ ਉਹ ਵੀ 2-3 ਘੰਟੇ 'ਚ ਅਗਰ ਪਰਮਾਤਮਾ ਵੱਲੋਂ ਮੀਂਹ ਹੋਰ ਨਾ ਪਿਆ ਉਹ ਬਿਲਕੁਲ। ਸਰ ਪ੍ਰਸ਼ਾਸਨ ਨੂੰ ਅੱਗੋਂ ਕੀ ਇੰਤਜ਼ਾਮ ਹੈਗਾ ਜੀ ਇਹਦਾ? ਅੱਗੋਂ 12 ਲੱਖ ਰੁਪਏ ਦਾ ਆਲਰੇਡੀ ਐਸਟੀਮੇਟ ਕੌਂਸਲ ਸਾਹਿਬ ਨੇ ਪਾਸ ਕਰਾਇਆ ਹੋਇਆ, ਜਿਹੜਾ ਰਿਟੇਨਿੰਗ ਵਾਲ ਹੈਗੀ ਹੈ ਪਲੱਸ ਜਿਹੜਾ ਨਾਲ ਦੀ ਰੋਡ ਹੈਗੀ ਹੈ ਉਹਦੇ ਵਿੱਚ ਆਲਰੇਡੀ ਹਾਊਸ ਦੇ ਵਿੱਚ ਪਾਸ ਹੈਗਾ ਅਤੇ ਇਹ ਟੈਂਡਰ ਲਾ ਕੇ ਵਿਦਿਨ ਅ ਮੰਥ ਔਰ ਸੋ ਅਸੀਂ ਜਿਹੜੀ ਬਾਕੀ ਰਿਟੇਨਿੰਗ ਵਾਲ ਹੈਗੀ ਉਹਨੂੰ ਕੰਪਲੀਟ ਕਰ। ਸਰ ਮੁਹੱਲੇ ਨਿਵਾਸੀਆਂ ਦਾ ਕਹਿਣਾ ਹੈਗਾ ਆ ਕਿ ਕਾਂਗਰਸ ਸਰਕਾਰ ਵੀ ਹੈਗੀ ਹੈ, ਬੀਜੇਪੀ ਸਰਕਾਰ ਵੀ ਆ ਜਾਂਦੀ ਹੈ, ਪਰ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਸਰ ਇਹ ਸਾਲਾਂ ਤੋਂ ਇਹੋ ਚੀਜ਼ ਚੱਲ ਰਹੀ ਹੈ, ਇਲੈਕਸ਼ਨ ਵੇਲੇ ਸਾਰੇ ਆ ਜਾਂਦੇ, ਉਸ ਤੋਂ ਬਾਅਦ ਸਾਨੂੰ ਵੀ ਮਿਲਦਾ ਹੀ ਨਹੀਂ ਆ ਕੇ। ਭਾਅ ਜੀ ਇਲੈਕਸ਼ਨ ਤਾਂ ਹਰ ਸਾਲ ਆ ਜਾਂਦੀ ਹੈਗੀ ਆ, ਬਟ ਇਹਦਾ ਹੱਲ ਜਿਹੜਾ ਹੈਗਾ ਮੈਂ ਇਲਾਕਾ ਨਿਵਾਸੀਆਂ ਨੂੰ ਆ ਕੇ ਦੱਸਿਆ ਹੈਗਾ ਕਿ ਸਾਡਾ ਜਿਹੜਾ ਪਿੱਛੇ ਇੱਕ ਐਸਟੀਪੀ ਹੈਗਾ ਉਹ ਅਸੀਂ ਉਹਦੀ ਤਜਵੀਜ਼ ਰੱਖੀ ਹੈਗੀ ਹੈ ਕਿ ਪਿੱਛੇ ਇੱਕ ਐਸਟੀਪੀ ਬਣੇ ਸੋ ਦੈਟ ਉਹ 7-8 ਐਮਐਲ ਦੀ ਉਹ ਪਾਣੀ ਘੱਟ ਜਾਊਗਾ। ਸੈਕਿੰਡ ਆਫ ਆਲ ਜਿਹੜਾ ਅੱਗੇ ਸਾਡਾ ਵਿਦਇਨ 15-20 ਡੇਜ਼ ਦੇ ਵਿੱਚ ਜਿਹੜਾ ਸੀਵਰੇਜ ਹੈਗਾ ਉਹ ਅੰਡਰਗਰਾਊਂਡ ਹੋ ਜਾਊਗਾ ਇਸ ਜਿਹੜਾ ਪੰਪਿੰਗ ਸੈੱਟ ਹੈਗਾ ਇੱਥੋਂ। ਸੋ ਟਾਈਮ ਲੱਗਦਾ ਹਰ ਚੀਜ਼ ਨੂੰ ਐਂਡ ਇੱਕ ਦਿਨ ਦੇ ਵਿੱਚ ਤਾਂ ਉਸ ਚੀਜ਼ ਨਹੀਂ ਸਾਰੀ ਹੈਗੀ ਹੈ, ਬਟ ਸਾਡਾ ਵਿਦਇਨ ਇਹ ਹੈਗਾ ਕਿ ਅਗਲੇ ਸਾਲ ਤੱਕ ਇਹਦੇ ਵਿੱਚ ਪਾਣੀ ਦੀ ਇਸ਼ੂ ਨਹੀਂ ਆਏਗਾ। ਬਟ ਅਨਫੋਰਚੁਨੇਟਲੀ ਹੈ 20 ਸਾਲਾਂ ਬਾਅਦ ਸੰਨ 88 ਜਦੋਂ ਹੜ੍ਹ ਆਇਆ ਉਸ ਤੋਂ ਬਾਅਦ ਅੱਜ ਜੇ ਐਤਕੀ ਜਿੰਨਾ ਮੀਂਹ ਪਿਆ ਹੈਗਾ ਉਹ ਕੰਪੈਰੀਜ਼ਨ ਕੋਈ ਨਹੀਂ ਹੈਗਾ। ਸੋ ਕਈ ਵਾਰੀ ਅਨਫੋਰਚੁਨੇਟ ਕਈ ਚੀਜ਼ਾਂ ਇਹ ਹੁੰਦੀਆਂ ਜਿਹੜੀਆਂ ਪਰਮਾਤਮਾ ਦੇ ਹੱਥ ਦੇ ਵਿੱਚ ਹੁੰਦੀਆਂ, ਸਾਡੇ ਹੱਥ ਤੋਂ ਬਾਹਰ ਹੁੰਦੀਆਂ ਹੈਗੀਆਂ। ਐਤਕੀ ਬਾਰਿਸ਼ ਇੰਨੀ ਜ਼ਿਆਦਾ ਹੋਣ ਕਰਕੇ ਇਹ ਪਹਿਲੀ ਵਾਰੀ ਇੱਦਾਂ ਦਾ ਸਿਚੁਏਸ਼ਨ ਹੋ ਰਿਹਾ। ਗੁਰਮੀਤ ਕੌਰ ਪ੍ਰਧਾਨ ਭਗਤ ਸਿੰਘ ਕਲੋਨੀ ਤੋਂ। ਅੱਜ ਸਾਡੇ ਕਲੋਨੀ ਦੇ ਵਿੱਚ ਗੰਨੇ ਨਾਲੇ ਦਾ ਬੰਨ ਟੁੱਟਾ, ਇਹਨਾਂ ਨੂੰ ਵੇਖਣ ਵਾਸਤੇ ਸਾਡੇ MLA ਸਾਹਿਬ ਆਏ ਨੇ ਔਰ ਲੋਕਾਂ ਨੂੰ ਇੰਨੀ ਕੁ ਪਰੇਸ਼ਾਨੀ ਹੋਈ ਹੈ ਕਿ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ 'ਚ ਪਾਣੀ ਗਿਆ ਔਰ ਸਾਡੇ MLA ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਹ ਅਸੀਂ ਇਹ ਸਾਰਾ ਕੰਮ ਡਿਕਲੇਅਰ ਕਰਾਂਗੇ, ਕਲੀਅਰ ਕਰਾ ਦਾਂਗੇ ਔਰ ਕਾਰਪੋਰੇਸ਼ਨ ਦੇ ਅਫਸਰ ਵੀ ਸਾਰੇ ਆਏ ਸੀ। ਨਾਲਾ ਤੁਹਾਡੇ ਸਾਹਮਣੇ ਓਵਰਫਲੋ ਹੋਇਆ ਹੈ, ਅੱਜ 2-3 ਦਿਨ ਤੁਹਾਡੀ ਬਾਰਿਸ਼ ਹੋ ਰਹੀ ਉਹਦੇ ਕਾਰਨ ਹੋਇਆ, ਅੱਜ MLA ਸਾਹਿਬ ਦਿੱਤਾ ਸਾਰਾ SM ਸਾਹਿਬ ਇਰੀਗੇਸ਼ਨ ਆਇਆ ਸੀ, XM ਸਾਹਿਬ ਆਇਆ ਸੀਗਾ ਔਰ ਹੋਰ ਡਿਪਾਰਟਮੈਂਟ ਤੋਂ ਤੁਸੀਂ ਆਏ ਸੀਗੇ, ਉਹਨਾਂ ਨੇ ਸਾਰਾ ਨਹਿਰ ਸਾਫ਼ ਕੀਤੀ ਅੱਜ ਔਰ ਸੈਂਡ
ਬੈਂਕਸ ਵਗੈਰਾ ਰੱਖਿਆ, ਇਹਨਾਂ ਦਾ ਕਾਰਨ ਇਹਦੀ ਬਲੋਕੇਜ ਹਟੀ ਹੈ ਔਰ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਸੀ ਉਹ ਹਟਿਆ। ਔਰ ਲੈਟਸ ਸੀ ਜੋ ਐੱਮ ਐੱਲ ਏ ਸਾਹਿਬ ਕਹਿੰਦੇ ਨੇ ਇਹਨੂੰ ਅੰਡਰਗਰਾਊਂਡ ਕਰਨਗੇ ਇਨ ਦਾ ਨੈਕਸਟ ਫਿਊ ਡੇਅਰਸ, ਉਹ ਹੋਪਸ ਉੱਤੇ ਕਰਨਗੇ ਵਰਕਆਊਟ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़, हक सच और इंसाफ की आवाज़ आपको रखे सबसे आगे।